ਪ੍ਰਾਈਮ ਟੀ ਵੀ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਰਦੀਪ ਵਿਰਕ ਵੱਲੋਂ ਸਵਾਗਤ। ਦੋਸਤੋ, ਆਪਾਂ ਸਾਰੇ ਜਾਣਦੇ ਹਾਂ ਕਿ ਕਰਫਿਊ ਲੱਗਿਆ ਹੋਇਆ ਹੈ, ਚੰਡੀਗੜ੍ਹ ਦੇ ਵਿੱਚ ਵੀ ਕਰਫਿਊ ਅਤੇ ਮੋਹਾਲੀ ਦੇ ਵਿੱਚ ਵੀ ਕਰਫਿਊ ਹੈ, ਲੇਕਿਨ ਬਾਵਜੂਦ ਇਸ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਰੋਡਸ ਦੇ ਉੱਤੇ ਘੁੰਮ ਰਹੇ ਨੇ ਅਤੇ ਕਰਫਿਊ ਦੀ ਜਿਹੜੀ ਉਲੰਘਣਾ ਕਰ ਰਹੇ ਨੇ। ਕਿਤੇ ਨਾ ਕਿਤੇ ਮਜਬੂਰੀਆਂ ਵੀ ਨੇ ਅਤੇ ਮਜਬੂਰੀਆਂ ਦੇ ਚਲਦੇ ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰ ਨਿਕਲਣਾ ਪੈ ਰਿਹਾ ਹੈ। ਅਜਿਹੀਆਂ ਹੀ ਮਜਬੂਰੀਆਂ ਦੇ ਚਲਦੇ ਹੋਏ ਸ਼ਾਇਦ ਰੋਜ਼ੀ ਰੋਟੀ ਦੀ ਖਾਤਰ ਦੋ ਰਿਕਸ਼ਾ ਚਾਲਕ ਦਿਖਾਈ ਦੇ ਰਹੇ ਨੇ ਜਿਹੜੇ ਘਰ ਤੋਂ ਬਾਹਰ ਨਿਕਲੇ ਹੋਏ ਨੇ। ਮੈਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਣੀ ਚਾਹਾਂਗੀ। ਹਾਂਜੀ ਭਈਆ, ਨਮਸਕਾਰ ਜੀ, ਆਪ ਘਰ ਸੇ ਬਾਹਰ ਹੋ ਕਿਉਂ? ਨਹੀਂ ਅਭੀ ਪੂਰਾ ਨਿਕਲਾ ਹੈ ਸਰ। ਕਿਸ ਲਈ ਨਿਕਲੇ ਹੋ ਘਰ ਸੇ? ਇਧਰ ਬੰਦੇ ਹਨ, ਮੈਂ ਵਹੀਂ ਆ ਰਹਾ। ਪਕੜੋ ਮਤ ਇਸਕੋ, ਐਸੇ ਹੀ ਬਤਾਓ ਆਪ ਘਰ ਸੇ ਕਿਸ ਲਈ ਨਿਕਲੇ ਹੋ ਆਪ? ਖਾਣੇ ਇੱਕ ਨਹੀਂ ਸਰ, ਕੁਛ ਤਾਂ ਕਿਆ ਕਰੇ ਸਰ, ਨਹੀਂ ਮੈਂ ਗਲਤੀ ਕੀ ਬਾਤ ਨਹੀਂ ਕਰ ਰਹੀ, ਮੈਂ ਆਪਕੀ ਮਜਬੂਰੀ ਸਮਝਤੀ ਹੋ, ਆਪ ਮਜਬੂਰੀ ਬਸ ਨਿਕਲੇ ਹੋ, ਲੇਕਿਨ ਇਹ ਬਤਾਈਏ ਆਪ ਕਿ ਆਪ ਬਾਹਰ ਨਿਕਲੇ ਹੋ, ਕਹੀਂ ਸੇ ਖਾਣਾ ਲੈਣ ਕੇ ਲਈ ਨਿਕਲੇ ਹੋ? ਖਾਣੇ ਨਿਕਲ ਲਏ। ਕਹਾਂ ਸੇ ਖਾਣਾ ਲੈਣ ਕੇ ਲਈ ਜਾ ਰਹੇ ਹੋ? ਕਿਆ ਖਾਣਾ ਬਣਾ ਮਿਲਤਾ ਹੈ ਵਹਾਂ ਪਰ? ਨਹੀਂ, ਆਪਣਾ ਬੰਦਾ ਹੈ ਨਾ, ਵਹਾਂ ਖਾਣਾ ਮਿਲਤਾ ਹੈ। ਹਾਂ ਹਾਂ, ਤਾਂ ਕਰਕੇ ਆਏ, ਇਸ ਕਰਕੇ ਆਏ। ਕੋਠੀ ਮੇ ਰਹਤੇ ਹੋ ਆਪ? ਖਾਣਾ ਤਿਆਰੀ ਕਰਤਾ ਹੂੰ। ਲੇਕਿਨ ਆਪਨੇ ਪ੍ਰਸ਼ਾਸਨ ਸੇ ਕਿਸੀ ਸੇ ਸਹਿਯੋਗ ਨਹੀਂ ਮੰਗਾ ਕਿ ਮੁਝੇ ਖਾਣਾ ਨਹੀਂ ਮਿਲ ਰਹਾ ਹੈ, ਖਾਣਾ ਮਿਲੇ? ਹਮ ਅਨਪੜ੍ਹ ਆਦਮੀ ਕਿਸਕੋ ਕਹੇਂਗੇ ਸਰ, ਕਿਸਕੇ ਕਹੇਂਗੇ ਸਰ, ਹਮ ਲੋਗ ਮੂਰਖ ਆਦਮੀ ਹੈ, ਕਹਾਂ ਕਿਸਕੋ ਬਤਾਉਂਗਾ। ਬਿਲਕੁਲ ਜੀ, ਕਿਤੇ ਨਾ ਕਿਤੇ ਅਸੀਂ ਦੇਖ ਸਕਦੇ ਹਾਂ ਜਿਹੜੀਆਂ ਵਾਕਈ ਜਿਹੜੀਆਂ ਮਜਬੂਰੀਆਂ ਨੇ, ਤੰਗੀਆਂ ਤੁਰਸ਼ੀਆਂ ਨੇ, ਕਿਉਂਕਿ ਜਿਹੜਾ 21 ਦਿਨਾਂ ਦਾ ਸਮਾਂ ਹੈ, ਇਹ ਬੜਾ ਲੰਬਾ ਸਮਾਂ ਹੈ। ਇਹੋ ਜਿਹੇ ਲੋਕ ਜਿਹੜੇ ਦਿਹਾੜੀਦਾਰ ਨੇ, ਮੇਰਾ ਇੱਥੇ ਮਕਸਦ ਇਹ ਬਿਲਕੁਲ ਨਹੀਂ ਆ ਕਿ ਇਹਨਾਂ ਲੋਕਾਂ ਨੂੰ ਜੇਕਰ ਇਹ ਬਾਹਰ ਨਿਕਲੇ ਹੋਏ ਨੇ ਤਾਂ ਇਹਨਾਂ ਨੂੰ ਫਿਟਕਾਰ ਮਿਲੇ, ਲੇਕਿਨ ਇਹਨਾਂ ਨੂੰ ਸਮਝਾਉਣਾ ਸਾਡਾ ਫਰਜ਼ ਹੈ। ਭਈਆ, ਆਪਸੇ ਗੁਜ਼ਾਰਿਸ਼ ਹੈ ਕਿ ਕਰੋਨਾ ਵਾਇਰਸ ਹੈ, ਆਪ ਘਰ ਸੇ ਬਾਹਰ ਮਤ ਨਿਕਲੋ, ਅਗਰ ਆਪਕੋ ਲੱਗ ਗਿਆ ਤੋ ਆਪ ਕਿਤਨੇ ਲੋਗੋਂ ਕੋ ਔਰ ਜੋ ਹੈ ਇਸਸੇ ਜੋ ਪੀੜਿਤ ਕਰ ਦੋਗੇ, ਆਪ ਘਰ ਜਾਓ। ਪੁਲਿਸ ਕੋਸ਼ਿਸ਼ ਕਰ ਰਹੀ ਹੈ, ਪ੍ਰਸ਼ਾਸਨ ਕੋਸ਼ਿਸ਼ ਕਰ ਰਹਾ ਹੈ ਕਿ ਆਪ ਤੱਕ ਪਹੁੰਚਾ ਜਾਏ। ਆਪ ਆਪਣੇ ਆਸ ਪਾਸ ਸੇ ਆਪਕੇ ਏਰੀਏ ਕੇ ਜੋ ਐਮ ਸੀ ਹੈ ਉਨਸੇ ਜਾ ਕੇ ਕੰਟੈਕਟ ਕੀਜੀਏ, ਉਨਸੇ ਆਪ ਵੋ ਜੋ ਹੈਲਪਲਾਈਨ ਨੰਬਰ ਹੈ ਵੋ ਹੈਲਪਲਾਈਨ ਨੰਬਰ ਲੀਜੀਏ, ਉਨਸੇ ਬਾਤਚੀਤ ਕੀਜੀਏ, ਆਪਕੋ ਖਾਣਾ ਆਪਕੇ ਘਰ ਪਹੁੰਚੇਗਾ। ਆਪਸੇ ਹੱਥ ਜੋੜ ਕੇ ਬੇਨਤੀ ਹੈ, ਆਪ ਆਪਣੇ ਘਰ ਜਾਈਏ।